ਅਸਲਾਮ ਵਾਲੇਕਮ, ਕੀ ਹਾਲ ਚਾਲ ਹੈ? ਅੱਛਾ ਕਰੋ ਜੀ, ਮੇਰਾ ਦੋਸਤ ਆ, ਉਹਦਾ ਐਕਸੀਡੈਂਟ ਹੋਇਆ ਅਤੇ ਉਹਦੀ ਹੰਸ ਦੀ ਹੱਡੀ ਜਿਹੜੀ ਆ ਕਰੈਕ ਹੋ ਗਈ, ਅਗਰ ਤੁਹਾਨੂੰ ਦਿਖ ਰਹੀ ਆ। ਹਾਂ ਮੇਰਾ ਦੋਸਤ ਆ, ਮੋਏ ਸੀਨ ਹੋ ਗਿਆ ਤਾਂ ਇਹ ਨਾ ਮੋਟਰਸਾਈਕਲ ਬਹੁਤ ਵਜਾਉਂਦਾ ਸੀ, ਇਹਨੂੰ ਬੜਾ ਸਮਝਾਇਆ ਅਸੀਂ, ਕਿਹਾ ਬੰਦੇ ਦਾ ਪੁੱਤਰ ਬਣ ਜਾ, ਹੁਣ ਜਿਹੜਾ ਵਾ ਗਾਹ ਤਾਂ ਸਪੀਡ 'ਤੇ ਤਾਂ ਨਹੀਂ ਚਲਾਏਗਾ, ਨਹੀਂ ਸਮਝਣ ਡਿਆ ਹਜੇ ਵੀ, ਕਹਿੰਦਾ ਹੁਣ ਅੱਗੇ 120 ਆ ਨਾ, ਹੁਣ 240 ਕਰ ਦੇਣੀ ਆ। ਲਿਹਾਜ਼ਾ ਮੋਇ ਨਾ ਹੱਸੋ, ਹੈਂ ਲਓ ਜੀ, ਭੋਲੇ ਦੇ ਸੱਟ ਲੱਗੀ ਆ ਮੀਆਂ, ਕਿੰਨਾ ਖਿਆਲ ਰੱਖ ਰਿਹਾ ਭੋਲੇ ਦਾ, ਭੋਲੇ ਨੂੰ ਸੇਬ ਖਵਾਏ ਜਾ ਰਿਹਾ ਵੀ ਨਮਕ ਪਾ ਕੇ ਕੱਟ ਕੇ, ਇੰਨੀ ਤੇਰੀ ਮਾਈ ਕਰਦੀ ਤੇਰਾ ਉਸਤਾਦ ਇੱਦਾਂ ਦੇ ਹੋਣੇ ਚਾਹੀਦੇ ਆ, ਨਹੀਂ ਤੇ ਉਸਤਾਦ ਨਾ ਹੋਣ, ਉਸਤਾਦ ਮਰ ਜਾਣ ਨੀ ਦੇਖਣ। ਦੇਖੋ ਜੀ, ਮੁੰਡੇ ਦਾ ਐਕਸਟਰਾ ਵੀ ਕਰਾ ਕੇ ਲਿਆਇਆ ਵਾ, ਉਹਨੀ ਮਾਂ ਪਿਓ ਨੂੰ ਫਿਕਰ ਨਹੀਂ ਸੀ ਹੈ ਜਿੰਨੀ ਮੀਆਂ ਸਾਹਿਬ ਹੋਣਾ ਸੀ, ਗਿਆ ਸਪੈਸ਼ਲ ਮੀਆਂ ਦਾ ਮੋਟਰਸਾਈਕਲ ਵੀ ਮੋਏ ਮੋਏ ਹੋ ਗਿਆ, ਲੇਕਿਨ ਮੀਆਂ ਨੂੰ ਟੈਨਸ਼ਨ ਨਹੀਂ ਹੈ ਮੋਟਰਸਾਈਕਲ। ਲੋ ਜੀ, ਮੁੰਡੇ ਲੱਗੀ ਆ ਸਾਥ, ਲੇਕਿਨ ਮੁੰਡਾ ਹਜੇ ਵੀ ਟਿਕਣ ਨਹੀਂ ਡਿਆ ਹੈਗਾ, ਪੂਰਾ ਸਾਹਿਬ ਫਿਰ ਰਹੇ ਆ, ਇੰਜੋਏ ਕਰ ਰਹੇ ਆ ਲਾਈਫ ਨੂੰ, ਅੱਗੇ ਨਾ ਨਹਾਉਣ ਤੋਂ ਬਾਅਦ ਅਤੇ ਮੀਆਂ ਦੀ ਮੋਟਰਸਾਈਕਲ ਦਾ ਹਾਲ ਚੈੱਕ ਕਰੋ, ਪੂਰਾ ਸਾਹਿਬ ਇੰਜੋਏ ਕਰ ਰਹੇ ਆ ਲਾਈਫ, ਕੋਈ ਗੱਲ ਹੀ ਨਹੀਂ। ਲੋ ਜੀ, ਤੇਲ ਆਏ ਆ ਬਾਬੇ ਭਰ ਕੇ, ਕੋਈ ਨਾ ਮੇਰੇ ਹਿਸਾਬ ਨਾਲ ਨਹੀਂ, ਕੋਸ਼ਿਸ਼ ਕਰਕੇ ਬਾਕੀ ਭੋਲੇ ਵਾਲਾ ਕੰਮ ਜਿਹੜਾ ਮੋਏ ਮੋਏ ਵਾਲਾ ਸੀਨ ਹੋ ਗਿਆ, ਕਿੰਨੇ 8 ਕਿਲੋ ਤੇ 600 ਗ੍ਰਾਮ ਸ਼ਾ ਬਣ ਗਈ ਆ ਭੀਮ ਤੇ ਲੱਡੂ, ਫਿਰ ਵੀ ਸਹੀ ਗ੍ਰੈਂਡ ਹੋ ਗਏ ਨੇ, ਤੇ ਤਿਲ ਦੇ ਗ੍ਰੈਂਡ ਇਕੱਲੇ ਹੁੰਦੇ ਹੀ ਨੀ ਗੇ, ਲੇਕਿਨ ਕੌੜੇ ਬਹੁਤ ਜ਼ਿਆਦਾ ਟੈਸਟ ਕੀਤੇ ਆ, ਟੇਸਟ ਕੀਤੇ ਆ, ਸਮਝ ਰਹੇ ਹੋ ਕਿ ਨਹੀਂ ਵੱਜਦਾ ਵੀ।